ਤੁਸੀਂ ਇਹ ਨਾ ਸਮਝੋ ਇੱਕ ਗਲੀ ਦੇ ਵਿੱਚ ਇੱਕ ਨਸ਼ਾ ਵੇਚਣਵਾ ਹੁੰਦਾ ਅਤੇ ਬਾਕੀ 20 ਘਰ ਹੁੰਦੇ ਆ। ਮੈਨੂੰ ਸਮਝ ਨਹੀਂ ਆਉਂਦੀ ਜੇ ਕੋਈ ਗਲੀ ਗਵਾਂਢ ਆਪਸ 'ਚ ਲੜਦਾ ਵਾ ਉਹ ਕਹਿੰਦਾ ਮੈਂ ਮਾਰ ਦੇਣਾ ਵਾ, ਇਹਨੂੰ ਮੈਂ ਛੱਡਣਾ ਨਹੀਂ ਆ, ਜੇ ਕਰਨਾ ਕੇਸ ਕਰ ਦੇਣਾ ਉਹ ਕਰਨਾ। ਪਰ ਜਦੋਂ ਕੋਈ ਇੱਕ ਬੰਦਾ ਨਸ਼ਾ ਕਰਦਾ ਵਾ ਉਹ 20 ਘਰਾਂ ਵਾਲੇ ਉਸ ਕੋਲ ਡਰਦੇ ਆ। ਮੈਂ ਸਮਝ ਨਹੀਂ ਸਕਦਾ ਉਂਝ ਕਹਿੰਦੇ ਅੜੇ ਅਣਖ ਤੜੀਆਂ, ਅਣਖਾਂ ਕਿੱਥੇ ਗਈਆਂ ਵਾ। ਜਿਹੜੇ ਨਸ਼ੇ ਵੇਚਣ ਵਾਲੇ ਲੋਕ ਹੈ ਇਹਨਾਂ ਦਾ ਨਾ ਕੋਈ ਦੀਨ ਮਾਨ ਹੁੰਦਾ ਹੈ, ਨਾ ਇਹਨਾਂ ਦਾ ਕੋਈ ਧਰਮ ਹੁੰਦਾ ਹੈ। ਇਹਨਾਂ ਦਾ ਸਿਰਫ ਇੱਕੋ ਮਕਸਦ ਹੁੰਦਾ ਹੈ ਪੈਸਾ ਅਤੇ ਬਸ ਪੈਸਾ, ਹੋਰ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ। ਕੌਣ ਮਾਂ ਰੋ ਰਹੀ ਆ, ਘਰ ਵਾਲੀ ਰੋ ਰਹੀ ਆ। ਲੇਖਕ ਵੀਰੋ ਅੱਜ ਤੁਹਾਨੂੰ ਨਸੀਹਤ ਦਿੱਤੀ ਆ, ਉੱਠੋ ਜਾਗੋ ਯਾਰ, ਕਿਹੜੀ ਗੱਲ ਆ, ਬਾਬਾ ਜੀ ਦਾ ਸਾਥ ਦੇਈਏ ਗਲੀ ਗਲੀ ਵਿੱਚ। ਜੇ ਤੁਸੀਂ ਡਰਦੇ ਹੋ ਫੋਨ ਕਰਿਓ ਬਾਬਾ ਜੀ ਨੂੰ, ਸਾਨੂੰ ਫੋਨ ਕਰਿਓ, ਅਸੀਂ ਪੁਲਿਸ ਤੋਂ ਪਹਿਲਾਂ ਹੀ ਅਸੀਂ ਵੀ ਪਹੁੰਚਾਂਗੇ ਤੇ ਨਾਲ ਪੁਲਿਸ ਲੈ ਕੇ ਪਹੁੰਚਾਂਗੇ। ਇਸ ਵਾਸਤੇ ਅੱਜ ਤੋਂ ਇਹ ਸੌਂਹ ਖਾ ਕੇ ਜਾਓ, ਅਸੀਂ ਗਲੀ ਵਿੱਚ ਨਸ਼ਾ ਨਹੀਂ ਵਿਕਣ ਦੇਣਾ। ਕਹਿੰਦੇ ਜ਼ਹਿਰ ਖਾ ਲਓ ਸ਼ਾਇਦ ਬੰਦਾ ਬਚੂਗਾ, ਪਰ ਚਿੱਟੇ ਨਾਲ ਹੀ ਮੇਰਾ ਵੀਰ ਬਚਦਾ, ਜੋ ਨਹੀਂ ਬਚਦਾ ਬਚਣ ਹੀ ਨਹੀਂ ਦਿੰਦਾ। ਜੇ ਵੇਖੋ ਪਰਮਾਤਮਾ ਗੁਰੂ ਮਹਾਰਾਜ ਨੇ ਆਪ ਜਿਹੜਾ ਨਾ ਆਪ ਖੁਦ ਨਹੀਂ ਆਉਣਾ, ਤੁਹਾਡੇ ਵਿੱਚ ਮੌਜੂਦ ਆ, ਉਹ ਭੈਣ ਵਿੱਚ ਮੌਜੂਦ ਆ, ਉਹ ਭਰਾ ਵਿੱਚ ਮੌਜੂਦ ਆ। ਪਾਣੀ ਗਰਾਊਂਡ ਇੱਥੇ ਵੱਜਦੀ 2 ਨੰਬਰ ਗਰਾਊਂਡ, ਇੱਥੇ ਅਸੀਂ ਆਏ ਆ, ਇੱਥੇ ਪਬਲਿਕ ਨਾਲ ਅਸੀਂ ਮੀਟਿੰਗ ਕੀਤੀ ਆ। ਜੋ ਇਹ ਜਿਹੜੀ ਮੀਟਿੰਗ ਨਸ਼ਿਆਂ ਦੇ ਸੰਬੰਧ ਵਿੱਚ ਕੀਤੀ ਗਈ ਆ, ਵੀ ਜੋ ਕੋਈ ਵੀ ਇੱਥੇ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਉਸ ਬਾਰੇ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਦਿਓ, ਤਾਂ ਕਿ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਜੀ, ਅਤੇ ਸਰਦਾਰ ਸਾਹਿਬ ਲੋਕਾਂ ਦੇ ਵੱਲੋਂ ਵੀ ਸਹਿਯੋਗ ਮਿਲਿਆ ਹੈ ਨਾ, ਜੱਥੇ ਦੇ ਵੱਲੋਂ ਵੀ ਸਹਿਯੋਗ ਮਿਲਿਆ, ਕੀ ਕਹਿਣਾ ਚਾਹੋ? ਹਾਂਜੀ, ਇਹ ਗੁਰੂ ਕੰਬੈ ਵਾਲੇ ਜਥੇਦਾਰ ਬਾਬਾ ਜੀ, ਸੋਨੂੰ ਬਾਬਾ ਜੀ ਅਤੇ ਹੋਰ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਆ ਉਹ ਬਹੁਤ ਹੀ ਵਧੀਆ ਕੰਮ ਕਰ ਰਹੀ ਆ। ਅਤੇ ਜੋ ਵੀ ਨਸ਼ੇ ਦੇ ਵਿੱਚ ਜਿਹੜੇ ਕੋਈ ਨੌਜਵਾਨ ਜਿਹੜੇ ਗ੍ਰਸਤ ਹੋ ਗਏ ਆ ਉਹਨਾਂ ਦਾ ਪ੍ਰੋਪਰ ਇਲਾਜ ਕਰਵਾ ਰਹੇ ਆ ਅਤੇ ਉਹਨਾਂ ਦੀ ਆਰਥਿਕ ਜਿਹੜੀ ਸਹਾਇਤਾ ਵੀ ਕਰ ਰਹੇ ਹਨ। ਅਤੇ ਇਹਨਾਂ ਦੀ ਟੀਮ ਦੇ ਇਹੋ ਜਿਹੀਆਂ ਟੀਮਾਂ ਹਰ ਇੱਕ ਏਰੀਏ ਦੇ ਵਿੱਚ ਹੋਣੀਆਂ ਚਾਹੀਦੀਆਂ, ਤਾਂ ਕਿ ਇਹ ਜਿਹੜੇ ਨਸ਼ੇ ਦੇ ਜਿਹੜੇ ਕੋਟ ਤੋਂ ਅਸੀਂ ਦੂਰ ਹੋ ਸਕੀਏ। ਅਤੇ ਇਹਨਾਂ ਦੇ ਜਿਹੜੇ ਨਸ਼ੇ ਜਿਹੜਾ ਵੇਚਦੇ ਆ ਸਮਗਲਰਾਂ ਨੂੰ ਵੱਧ ਤੋਂ ਵੱਧ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਮੈਂ ਇਹਨਾਂ ਨੂੰ ਇਹੋ ਅਪੀਲ ਕਰਨਾ ਚਾਹਾਂਗਾ ਵੀ ਪੁਲਿਸ ਦਾ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਅਤੇ ਜੋ ਵੀ ਇਹਨਾਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕਰਨ ਲਈ ਸਾਨੂੰ ਵੱਧ ਤੋਂ ਵੱਧ ਇਹਨਾਂ ਬਾਰੇ ਜਾਣਕਾਰੀ ਦਿਓ, ਤਾਂ ਕਿ ਇਹਨਾਂ ਦੇ ਖਿਲਾਫ਼ ਜਿਹੜੀ ਅਸੀਂ ਕਾਨੂੰਨੀ ਕਾਰਵਾਈ ਕਰ ਸਕੀਏ। ਸਰਦਾਰ ਸਾਹਿਬ ਆਏ ਹੋ ਤੁਸੀਂ ਆਪਣਾ, ਅਤੇ ਇੱਕ ਸਖ਼ਤ ਵਾਰਨਿੰਗ ਉਹਨਾਂ ਨੂੰ ਦਿੱਤੀ ਜਾਵੇ ਜਿਹੜੇ ਨਸ਼ੇ ਦੇ ਤਸਕਰ ਨੇ ਜਾਂ ਸਲੱਗ ਨੇ, ਮੱਛੀਆਂ ਤੋਂ ਲੈ ਕੇ ਮਗਰਮੱਛ ਸਾਰਿਆਂ ਨੂੰ ਕਹਿ ਦਿੱਤਾ ਜਾਵੇ ਕਦੀ? ਹਾਂਜੀ, ਮੈਂ ਇਹਨਾਂ ਨੂੰ ਇਹੋ ਹੀ ਸਖ਼ਤ ਵਾਰਨਿੰਗ ਦੇਣਾ ਚਾਹੁੰਦਾ, ਇਹਨਾਂ ਤੁਸੀਂ ਹਟ ਜਾਓ ਜਾਂ ਇਹ ਏਰੀਆ ਛੱਡ ਦਿਓ ਜਾਂ ਇਹ ਕੰਮ ਛੱਡ ਦਿਓ, ਦੋ ਹੀ ਗੱਲਾਂ ਵਾ, ਹੋਰ ਇਸ ਦੇ ਵਿੱਚ ਤੀਸਰੀ ਗੱਲ ਹੈ ਹੀ ਨਹੀਂ ਆ। ਨਹੀਂ ਤਾਂ ਇਹਨਾਂ ਦੇ ਖਿਲਾਫ਼ ਬਹੁਤ ਜ਼ਿਆਦਾ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਦੇ ਵਿੱਚ ਕੋਈ ਵੀ ਛੋਟ ਜਿਹੜੀ ਆ ਜ਼ੀਰੋ ਟੋਲਰੈਂਸ ਜਿਹੜੀ ਹੋਵੇਗੀ। ਇਲਾਕਾ ਵਾਸੀਆਂ ਨੂੰ, ਸ਼ਹਿਰ ਵਾਸੀਆਂ ਨੂੰ ਕੀ ਕਹੋਗੇ ਕਿ ਜੇ ਉਹ ਦੱਸਦੇ ਆ ਤਾਂ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇ? ਬਿਲਕੁਲ, ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਨਾਮ ਜਿਹੜਾ ਸਾਹਮਣੇ ਨਹੀਂ ਆਵੇਗਾ। ਅਤੇ ਜਿਹੜੀ ਸਾਡੀ ਜਿਹੜੀ ਕਾਰਵਾਈ ਆ ਅਸੀਂ ਕਾਨੂੰਨੀ ਕਾਰਵਾਈ ਬਖੂਬੀ ਨਿਭਾ ਕੇ ਉਹਨਾਂ ਦੇ ਅੰਜਾਮ ਤੱਕ ਪਹੁੰਚਾਵਾਂਗੇ। ਅਸੀਂ ਸਾਰੀ ਸੰਗਤ ਦੀ ਸੇਵਾ ਲਈ ਹਾਜ਼ਰ ਹਾਂ ਅਤੇ ਸਾਡਾ ਇੱਕੋ ਮਕਸਦ ਆ, ਜਿਹੜੇ ਨਸ਼ਿਆਂ ਕਰਕੇ ਬੱਚੇ
ਆਪਣੀ ਜਾਨ ਗਵਾ ਰਹੇ ਆ ਅਤੇ ਉਹਨਾਂ ਦੀਆਂ ਮਾਵਾਂ ਜਦੋਂ ਸਾਡੇ ਕੋਲ ਰੋਂਦੀਆਂ ਹੁੰਦੀਆਂ ਵਾਂ ਕਿ ਸਾਨੂੰ ਦਵਾਈ ਲੈ ਦਿਉ ਜਾਂ ਸਾਡੇ ਪੋਤਰੇ ਦੀ ਪੜ੍ਹਾਈ ਕਰਾ ਦਿਉ ਜਾਂ ਸਾਡਾ ਕੋਈ ਇਲਾਜ ਕਰਾ ਦਿਉ, ਅਸੀਂ ਇਹਨਾਂ ਨੂੰ ਪੁੱਛਦੇ ਹਾਂ ਵੀ ਤੁਹਾਨੂੰ ਕੀ ਪ੍ਰੋਬਲਮ ਹੈ, ਤੁਹਾਡੇ ਬੱਚੇ ਨਹੀਂ ਗੇ? ਉਹ ਕੋਈ ਤਾਂ ਕਹਿੰਦੇ ਸਾਡੇ ਬੱਚੇ ਨਸ਼ੇ ਨਾਲ ਮਰ ਗਏ ਆ, ਅਤੇ ਕਈ ਬੱਚੇ ਕਹਿੰਦੇ ਨਸ਼ਾ ਬੜਾ ਕਰਦੇ ਆ, ਉਹ ਬਾਹਰ ਹੀ ਕਰਕੇ ਅਤੇ ਬਾਹਰ ਹੀ ਸੁੱਤੇ ਰਹਿੰਦੇ ਆ ਅਤੇ ਟੀਕੇ ਲਾਉਂਦੇ ਆ। ਇਸ ਕਰਕੇ ਆਪਾਂ ਇਸ ਥਾਂ 'ਤੇ ਪਹੁੰਚੇ ਹਾਂ ਇਹ ਗੱਲ ਕੀ ਆ, ਜਦੋਂ ਪਤਾ ਲੱਗਾ ਕਿ ਇਹ ਨਸ਼ਿਆਂ ਕਰਕੇ ਵਿਚਾਰੇ ਇਹਨਾਂ ਦੇ ਘਰ ਦੇ ਬਹੁਤ ਮਜਬੂਰ ਆ, ਬੱਚੇ ਪੜ੍ਹ ਨਹੀਂ ਸਕਦੇ, ਜਿਹੜੇ ਬੱਚੇ ਮਾਵਾਂ ਜਿਹੜੀਆਂ ਰੋਟੀਆਂ ਆਪਣੇ ਵਾਸਤੇ ਕੰਮ ਕਰਨ ਵਾਸਤੇ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਵਾਂ, ਕਿਤੇ ਕਿਤੇ ਧੱਕੇ ਖਾਂਦੀਆਂ ਵਾਂ, ਸਾਨੂੰ ਵੇਖ ਕੇ ਬਹੁਤ ਤਰਸ ਆਇਆ। ਇਸ ਕਰਕੇ ਆਪਾਂ ਸਾਰੀ ਸੰਗਤ ਦਾ SHO ਸਾਹਿਬ ਦਾ ਸਾਥ ਲੈ ਕੇ ਅਤੇ ਇਸ ਕੰਮ ਦੇ ਵਿੱਚ ਤੁਰੇ ਹਾਂ ਅਤੇ ਇਹ ਅਸੀਂ ਕੰਮ ਛੱਡਣਾ ਨਹੀਂ ਆ, ਇਹ ਅਸੀਂ ਕੰਮ ਪੂਰਾ ਕਰਕੇ ਹਟਣਾ ਵਾ। ਕਿਉਂਕਿ ਜੇ ਇਹ ਨਸ਼ਾ ਵੇਚਣ ਵਾਲੇ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਆ, ਜਿਹਨਾਂ ਦੀ ਜਾਨ ਗਿੱਟਿਆਂ ਚੜੀ ਆ, ਅਤੇ ਉਹ ਨਹੀਂ ਹਟਦੇ, ਅਤੇ ਸਾਨੂੰ ਤਾਂ ਫਿਰ ਮਹਾਰਾਜ ਦੀ ਕਿਰਪਾ ਵਾ, ਅਸੀਂ ਤਾਂ ਇਹਨਾਂ ਨੂੰ ਹਟਾ ਕੇ ਹਟਾਂਗੇ। ਜੇ ਇਹ ਪ੍ਰੇਮ ਨਾਲ ਹਟ ਜਾਣਗੇ ਠੀਕ ਆ, ਨਹੀਂ ਤਾਂ ਤਰੀਕੇ ਵਾਧੂ ਆ, ਇਹਨੂੰ ਹਟਣਾ ਹੀ ਪੈਣਾ ਵਾ। ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਜਿੱਤਣਾ ਵਾ ਅਤੇ ਇਹਨਾਂ ਕੋਲ ਜਿੱਤਣਾ ਵਾ।